ਕਲੋਨੀ ਚ ਵੜਿਆ ਚੋਰ। ਅੱਜ ਬੜਾ ਹੀ ਸੋਹਣਾ ਮੌਸਮ ਹੈ। ਹਾਂ, ਚੱਲ ਪਕੜਾਈ ਵਾਲਾ ਖੇਡ ਖੇਡਦੇ ਵਾ। ਓਏ, ਪਰ ਬਾਰਿਸ਼ ਦੇ ਦਿਨ ਨੇ ਤੇ ਜਗ੍ਹਾ ਜਗ੍ਹਾ ਵਿੱਚ ਪਾਣੀ ਹੈ, ਇਸ ਕਰਕੇ ਸਾਡੇ ਕੱਪੜੇ ਖਰਾਬ ਹੋ ਜਾਣਗੇ। ਚੱਲ ਹੁਣ ਬਹਾਨੇ ਨਾ ਬਣਾ ਤੇ ਛੇਤੀ ਮੈਨੂੰ ਫੜ। ਆਜਾ ਪਿੰਕੀ, ਫੜ ਮੈਨੂੰ, ਫੜ ਮੈਨੂੰ। ਓਏ ਗੋਲੂ ਦੇ ਬੱਚੇ, ਰੁਕ ਜਾ, ਹੁਣੇ ਵੀ ਖਾਂਦੀ ਆ। ਅੱਜ ਤਾਂ ਤੂੰ ਮੈਨੂੰ ਫੜ ਨਹੀਂ ਸਕੇਗੀ। ਗੋਲੂ ਰੁਕ ਜਾ, ਪਿੱਛੇ ਤੋਂ ਗੱਡੀ ਆ ਰਹੀ ਹੈ। ਅੱਜ ਤੂੰ ਬਹਾਨੇ ਬਣਾ ਕੇ ਮੈਨੂੰ ਰੋਕਣ ਦੀ ਕੋਸ਼ਿਸ਼ ਨਾ ਕਰੀ। ਮੈਂ ਜਾਣਦਾ ਵਾ ਤੂੰ ਹਮੇਸ਼ਾ ਦੇ ਵਾਂਗੂ ਬਹਾਨੇ ਬਣਾਈ ਜਾ ਰਹੀ ਹੈ। ਓ ਨਹੀਂ ਬਾਬਾ, ਮੈਂ ਸੱਚੀ ਕਹਿ ਰਹੀ ਹਾਂ, ਪਿੱਛੇ ਵੇਖ। ਮੈਨੂੰ ਬਚਾਓ, ਮੈਨੂੰ ਬਚਾਓ, ਮੈਨੂੰ ਬਚਾਓ। ਮੈਂ ਤੈਨੂੰ ਕਿੰਨੀ ਦੇਰ ਤੋਂ ਕਹਿ ਰਹੀ ਸੀਗੀ, ਪਰ ਤੂੰ ਸੁਣ ਹੀ ਨਹੀਂ ਰਿਹਾ ਸੀਗਾ ਮੇਰੀ ਗੱਲ। ਸੋਰੀ ਪਿੰਕੀ, ਮੈਂ ਅੱਗੇ ਤੋਂ ਹਮੇਸ਼ਾ ਤੇਰੀ ਗੱਲ ਸੁਣਿਆ ਕਰਾਂਗਾ। ਭਾਵੇਂ ਜੋ ਮਰਜ਼ੀ ਹੋ ਜਾਵੇ, ਮੈਂ ਤਾਂ ਤੈਨੂੰ ਫੜ ਹੀ ਲਿਆ। ਮੈਂ ਜਿੱਤ ਗਈ, ਮੈਂ ਜਿੱਤ ਗਈ। ਓ ਯਾਰ ਪਿੰਕੀ, ਪਰ ਤੂੰ ਆਪਣੀਆਂ ਸੁਪਰ ਪਾਵਰਸ ਦਾ ਇਸਤੇਮਾਲ ਕੀਤਾ ਸੀ, ਇਸ ਲਈ ਤੂੰ ਜਿੱਤ ਗਈ ਹੈ। ਅੱਛਾ ਬੇਟਾ, ਜੇ ਮੈਂ ਆਪਣੀਆਂ ਸੁਪਰ ਪਾਵਰਸ ਦਾ ਇਸਤੇਮਾਲ ਨਾ ਕਰਦੀ ਤਾਂ ਹੁਣ ਤੱਕ ਦੋਵੇਂ ਆਪਾਂ ਹਸਪਤਾਲ ਵਿੱਚ ਹੁੰਦੇ। ਓ ਸੋਰੀ ਬਾਬਾ। ਚੱਲ ਹੁਣ ਮੈਂ ਤੈਨੂੰ ਫੜਦਾ ਵਾ। 1 2 3 ਓਏ ਚੱਲ ਜਾ ਕੇ ਵੇਖਦੇ ਆ, ਕੁੱਤਾ ਇਹੀ ਵੇਖ ਰਿਹਾ ਏ, ਸ਼ਾਇਦ ਉਹਦੇ ਪੈਰਾਂ ਤੇ ਚੋਟ ਲੱਗੀ ਹੈ। ਚੱਲ ਵੇਖਦੇ ਆ। ਓ ਪਿੰਕੀ, ਇਹਦੇ ਤਾਂ ਬਹੁਤ ਸੱਟ ਲੱਗੀ ਹੋਈ ਹੈ। ਸ਼ਾਇਦ ਇਸਦਾ ਐਕਸੀਡੈਂਟ ਹੋਇਆ ਹੈ ਗੋਲੂ। ਇਸ ਦੀਆਂ ਅੱਖਾਂ ਵੱਲ ਤਾਂ ਵੇਖ ਵੇਖ, ਇਹ ਰੋ ਰਿਹਾ ਹੈ। ਸ਼ਾਇਦ ਇਹਨੂੰ ਬਹੁਤ ਦਰਦ ਹੋ ਰਿਹਾ ਹੋਵੇਗਾ। ਓ ਗੋਲੂ ਰੁਕ, ਮੈਂ ਘਰੋਂ ਜਾ ਕੇ ਬੈਂਡੇਜ ਲੈ ਕੇ ਆਉਂਦੀ ਹਾਂ ਤੇ ਇਹਦੇ ਪੈਰਾਂ ਤੇ ਬੈਂਡੇਜ ਲਗਾ ਦਿੰਦੇ ਆ, ਫਿਰ ਇਹਨੂੰ ਡਾਕਟਰ ਕੋਲ ਇਲਾਜ ਵਾਸਤੇ ਲੈ ਕੇ ਜਾਵਾਂਗੇ। ਜਲਦੀ ਜਾ, ਮੈਂ ਇੱਥੇ ਇਹਦੇ ਕੋਲ ਰਹਿੰਦਾ। ਤੂੰ ਬੈਂਡੇਜ ਲਗਾ ਗੋਲੂ, ਮੈਂ ਕਾਟਨ ਨੂੰ ਡਿਟੋਲ ਲਾ ਕੇ ਇਹਦੇ ਪੈਰਾਂ ਨੂੰ ਇਨਫੈਕਸ਼ਨ ਤੋਂ ਬਚਾਉਂਦੀ ਆ। ਇਹਨੂੰ ਤਾਂ ਡਾਕਟਰ ਦੇ ਕੋਲ ਲਿਜਾਣ ਦੀ ਬਹੁਤ ਜ਼ਰੂਰਤ ਹੈ ਪਿੰਕੀ। ਨੇੜੇ ਹੀ ਜਾਨਵਰਾਂ ਦਾ ਡਾਕਟਰ ਹੈ, ਆਪਾਂ ਇਹਨੂੰ ਉਸ ਡਾਕਟਰ ਕੋਲ ਲੈ ਕੇ ਜਾਂਦੇ ਆ। ਓਏ ਬੱਚੋ, ਕੀ ਹੋਇਆ, ਆ ਕੀ ਹੋਇਆ ਤੁਹਾਡੇ ਕੁੱਤੇ ਨੂੰ? ਅੰਕਲ, ਇਹ ਸਾਨੂੰ ਰਸਤੇ 'ਚ ਮਿਲਿਆ, ਇਹਦੇ ਪੈਰ ਤੇ ਸੱਟ ਲੱਗੀ ਹੈ। ਵੇਖੋ ਨਾ, ਇਹਦੀਆਂ ਅੱਖਾਂ ਵੀ ਰੋ ਰੋ ਕੇ ਕਿਵੇਂ ਸੁੱਜ ਗਈਆਂ ਨੇ ਤੇ ਦਰਦ ਦੇ ਕਰਕੇ ਇਹਦੀ ਆਵਾਜ਼ ਵੀ ਮੂੰਹ ਵਿੱਚੋਂ ਨਹੀਂ ਨਿਕਲ ਰਹੀ ਹੈ। ਰੁਕੋ ਰੁਕੋ, ਮੈਂ ਹੁਣੇ ਇਹਦਾ ਇਲਾਜ ਕਰਦਾ ਤੇ ਤੁਹਾਨੂੰ ਦਵਾਈਆਂ ਵੀ ਦੇ ਦਿੰਦਾ ਵਾਂ, ਉਹਦੇ ਨਾਲ ਇਹਨੂੰ ਆਰਾਮ ਮਿਲ ਜਾਏਗਾ। ਆਲੋ, ਇਹ ਹੁਣ ਠੀਕ ਹੋ ਗਿਆ। ਇਹ ਕੁਝ ਦਵਾਈਆਂ ਹੈਗੀਆਂ ਨੇ ਜਿਹੜੇ ਉਹਦੇ ਖਾਣੇ ਚ ਮਿਲਾ ਕੇ ਉਹਨੂੰ ਦੇ ਦਿਓ। ਪਰ
ਹੁਣ ਤਕਲੀਫ ਇਹ ਹੈ ਕਿ ਇਹ ਡੌਗ ਹੁਣ ਰਵੇਗਾ ਕਿੱਥੇ? ਧੀ ਦਾ ਖਿਆਲ ਕਿਵੇਂ ਰੱਖਾਂਗੇ? ਪਿੰਕੀ, ਮੈਨੂੰ ਨਹੀਂ ਲੱਗਦਾ ਕਿ ਮੇਰੇ ਮੰਮੀ ਪਾਪਾ ਅਲਾਓ ਕਰਨਗੇ। ਯਾਰ ਗੋਲੂ, ਮੇਰੇ ਵੀ ਮੰਮੀ ਪਾਪਾ ਇਹ ਡੌਗ ਰੱਖਣ ਲਈ ਅਲਾਓ ਨਹੀਂ ਕਰਨਗੇ। ਹੁਣ ਅਸੀਂ ਕੀ ਕਰੀਏ? ਓ ਪਿੰਕੀ, ਹੁਣ ਵੇਖੀ ਬਾਰਿਸ਼ ਵੀ ਛੇਤੀ ਸਟਾਰਟ ਹੋ ਜਾਵੇਗੀ। ਹਾਂ, ਬਾਰਿਸ਼ ਦੇ ਹੁੰਦੇ ਅਸੀਂ ਇਹਨੂੰ ਏਦਾਂ ਕਿਤੇ ਵੀ ਨਹੀਂ ਛੱਡ ਸਕਦੇ, ਇਹਨੂੰ ਇਨਫੈਕਸ਼ਨ ਹੋ ਜਾਵੇਗਾ। ਆਈਡੀਆ, ਅਸੀਂ ਐਵੇਂ ਕਰਦੇ ਆ ਕਿ ਕਲੋਨੀ ਦੇ ਬਾਜੂ ਵਿੱਚ ਜੋ ਪੱਤਰੇ ਹੈ ਉਹਦੇ ਵਿੱਚ ਅਸੀਂ ਇਹਨੂੰ ਰੱਖ ਦਿੰਦੇ ਆ। ਓ ਵਾਹ ਗੋਲੂ, ਤੂੰ ਤਾਂ ਬਹੁਤ ਹੀ ਵਧੀਆ ਆਈਡੀਆ ਦੱਸਿਆ। ਅਸੀਂ ਦੋਨੋਂ ਸਾਰਾ ਦਿਨ ਬਾਹਰ ਹੀ ਰਹਿੰਦੇ ਆ ਤੇ ਇਹਦਾ ਖਿਆਲ ਰੱਖਿਆ ਕਰਾਂਗੇ ਤੇ ਨਾਲੇ ਇਹਦੇ ਨਾਲ ਖੇਡਿਆ ਕਰਾਂਗੇ। ਆਪਾਂ ਇਸ ਡੌਗ ਨੂੰ ਇੱਕ ਵਧੀਆ ਜਿਹਾ ਨਾਮ ਦੇ ਦਿੰਦੇ ਆ। ਲੱਕੀ, ਲੱਕੀ ਕਿਵੇਂ ਦਾ ਰਵੇਗਾ? ਹਾਂ, ਲੱਕੀ ਵਧੀਆ ਨਾਮ ਹੈ। ਅਸੀਂ ਦਿਨ ਭਰ ਦੋਨੋਂ ਲੱਕੀ ਦੇ ਨਾਲ ਖੇਡਿਆ ਕਰਾਂਗੇ ਤੇ ਇਹਦਾ ਖਿਆਲ ਵੀ ਰੱਖਿਆ ਕਰਾਂਗੇ। ਰੁਕ ਜਾ, ਮੈਂ ਲੱਕੀ ਲਈ ਦੁੱਧ ਤੇ ਥੋੜੀਆਂ ਰੋਟੀਆਂ ਲੈ ਕੇ ਆਉਂਦੀ ਆ। ਓਏ ਪਿੰਕੀ, ਆ ਦੁੱਧ, ਪਾਣੀ ਤੇ ਵੱਜੀ ਹੋਈ ਰੋਟੀਆਂ ਕਿੱਥੇ ਲੈ ਕੇ ਰੋਜ਼ ਜਾਂਦੀ ਹੈ ਤੂੰ? ਓ ਮੰਮੀ, ਓ ਮੈਂ ਗਾਂ ਨੂੰ ਖਵਾਉਂਦੀ ਹੁੰਨੀ ਆ। ਅੱਛਾ, ਗਾਂ ਨੂੰ ਤੂੰ ਕਦ ਵੇਖਿਆ ਆਪਣੀ ਕਾਲੋਨੀ ਦੇ ਆਲੇ ਦੁਆਲੇ? ਆਉਂਦੀ ਹੈ ਨਾ, ਰੋਜ਼ ਇੱਕ ਗਾਂ ਆਉਂਦੀ ਹੈ। ਉਹਨੂੰ ਮੈਂ ਤੇ ਗੋਲੂ ਰੋਜ਼ ਕੁਝ ਨਾ ਕੁਝ ਖਿਲਾਉਂਦੇ ਆ, ਨਹੀਂ ਤਾਂ ਲੱਕੀ ਵੀ ਹੁੰਦਾ ਏ। ਲੱਕੀ? ਕੌਣ ਲੱਕੀ? ਓ ਮੰਮੀ, ਲੱਕੀ ਲੱਕੀ ਮਤਲਬ ਇੱਕ ਕੁੱਤੇ ਦਾ ਬੱਚਾ, ਅਸੀਂ ਉਹਨੂੰ ਲੱਕੀ ਕਹਿੰਦੇ ਆ। ਉਹ ਕਾਲੋਨੀ ਵਿੱਚ ਆਂਦਾ ਰਹਿੰਦਾ ਹੈ। ਠੀਕ ਹੈ ਬਾਬਾ, ਠੀਕ ਹੈ, ਕੋਈ ਦਿੱਕਤ ਨਹੀਂ, ਪਰ ਧਿਆਨ ਨਾਲ ਰਹੀ, ਕਿਤੇ ਉਹ ਕੁੱਤਾ ਕੱਟ ਨਾ ਲਏ, ਇਹਦਾ ਧਿਆਨ ਰੱਖੀ। ਵੇਖ ਗੋਲੂ, ਲੱਕੀ ਦਾ ਪੈਰ ਠੀਕ ਹੋ ਗਿਆ ਏ ਤੇ ਹੁਣ ਉਹ ਬਹੁਤ ਵਧੀਆ ਦੌੜਨ ਵੀ ਲੱਗ ਪਿਆ। ਯੇ, ਲੱਕੀ ਠੀਕ ਹੋ ਗਿਆ, ਲੱਕੀ ਠੀਕ ਹੋ ਗਿਆ। ਹਾਂ, ਜਲਦੀ ਫੜ, ਮੈਨੂੰ ਫੜ। ਲੱਕੀ, ਲੱਕੀ ਇੱਧਰ ਇੱਧਰ ਆ। ਹੌਲੀ ਹੌਲੀ, ਕੋਈ ਆਵਾਜ਼ ਨਾ ਕਰੀ। ਕਿਹੜੇ ਵਾਲੇ ਘਰ 'ਚ ਡਾਕਾ ਪਾਉਣਾ ਭਾਈ? ਉਹ ਸਾਹਮਣੇ ਵਾਲੇ ਘਰ 'ਚ ਬਸ ਇੱਕ ਬੁੱਢਾ ਬਾਬਾ ਤੇ ਬੁੱਢੀ ਜਨਾਨੀ ਰਹਿੰਦੇ ਨੇ। ਜੇ ਅਸੀਂ ਉਸ ਘਰ 'ਚ ਡਾਕਾ ਪਾਵਾਂਗੇ ਤੇ ਸਾਨੂੰ ਕੋਈ ਰੋਕਣ ਵਾਲਾ ਨਹੀਂ ਹੋਏਗਾ। ਉਹ ਵੀ ਕੋ ਤੇ ਘਰ ਦਾ ਦਰਵਾਜ਼ਾ ਵੀ ਖੁੱਲਿਆ ਹੋਇਆ ਹੈ। ਸ਼ਾਇਦ ਭੁਲੱਕੜ ਬੁੱਢਾ ਬੁੱਢੀ ਦਰਵਾਜ਼ਾ ਬੰਦ ਕਰਨਾ ਭੁੱਲ ਗਏ ਨੇ। ਇਹ ਤਾਂ ਸਾਡੇ ਲਈ ਹੋਰ ਵੀ ਵਧੀਆ ਹੈ। ਓਏ ਓਏ, ਕੁੱਤੇ ਦੇ ਬੱਚੇ, ਓਏ ਛੱਡ ਮੈਨੂੰ, ਛੱਡ ਮੈਨੂੰ। ਸੁਣੋ ਮੰਮੀ, ਆ ਵੇਖੋ, ਲੱਕੀ ਨੇ ਆਪਦੇ ਮੂੰਹ ਨਾਲ ਚੋਰ ਦਾ ਪੈਰ ਹੀ ਫੜ ਲਿਆ ਸੀ ਤੇ ਪੂਰੀ ਕਾਲੋਨੀ ਨੂੰ ਜਗਾ ਦਿੱਤਾ ਸੀ। ਯਾਹੂ, ਲੱਕੀ ਨੇ ਚੋਰਾਂ ਨੂੰ ਫੜ ਲਿਆ। ਯਾਹੂ, ਲੱਕੀ ਨੇ ਚੋਰਾਂ ਨੂੰ ਫੜ ਲਿਆ। ਮੈਂ ਹੁਣੀ ਪੁਲਿਸ ਨੂੰ ਫੋਨ ਲਾਣਾ। ਅਰੇ ਵਾਹ, ਪਰ ਇਹ ਕੁੱਤਾ ਆਇਆ ਕਿੱਥੋਂ? ਪਾਪਾ, ਇਸ ਦਾ ਨਾਮ ਲੱਕੀ ਹੈ ਤੇ ਇਹ ਕਈ ਦਿਨਾਂ ਤੋਂ ਸਾਡੀ ਕਲੋਨੀ ਦੇ ਬਾਜੂ ਵਾਲੇ ਛੇੜ ਦੇ ਵਿੱਚ ਰਹਿੰਦਾ ਹੈ ਤੇ ਅਸੀਂ ਉਹਨੂੰ ਖਾਣਾ ਦਿੰਦੇ ਆ
ਤੇ ਦਿਨ ਭਰ ਉਹਦੇ ਨਾਲ ਹੀ ਰਹਿੰਦੇ ਆ। ਜਦੋਂ ਇਹ ਸਾਨੂੰ ਮਿਲਿਆ ਸੀ ਤਾਂ ਇਹਦੇ ਪੈਰ ਵਿੱਚ ਸੱਟ ਲੱਗੀ ਸੀ, ਅਸੀਂ ਇਹਨੂੰ ਡਾਕਟਰ ਦੇ ਕੋਲ ਲੈ ਗਏ ਸੀ, ਲੇਕਿਨ ਤੁਸੀਂ ਕੋਈ ਵੀ ਇਹਨੂੰ ਘਰ ਵਿੱਚ ਨਹੀਂ ਰੱਖਣ ਦਿੰਦਾ, ਇਸ ਲਈ ਅਸੀਂ ਇਹਨੂੰ ਸ਼ੇਡ ਵਿੱਚ ਰੱਖਿਆ। ਕਿੰਨੇ ਰਹਿਮ ਦਿਲ ਨੇ ਮੇਰੇ ਬੱਚੇ। ਓਏ ਕੁੱਤੇ, ਹੁਣ ਤੇ ਪੁਲਿਸ ਆ ਗਈ, ਹੁਣ ਤਾਂ ਛੱਡ ਦੇ ਮੈਨੂੰ। ਵੇਖੋ ਵੇਖੋ, ਪੁਲਿਸ ਵੀ ਆ ਗਈ, ਚੰਗਾ ਸਬਕ ਮਿਲਿਆ ਚੋਰਾਂ ਨੂੰ। ਬਹੁਤ ਚੰਗਾ ਕੀਤਾ ਗੋਲੂ ਤੇ ਪਿੰਕੀ ਪੁੱਤਰ, ਤੁਸੀਂ ਆ ਕੁੱਤੇ ਨੂੰ ਸਾਂਭਿਆ ਤਾਂ ਕਰਕੇ ਸਾਡੀ ਜਾਨ ਬਚ ਗਈ ਅੱਜ। ਹੁਣ ਇਸ ਕੁੱਤੇ ਨੂੰ ਅਸੀਂ ਸੰਭਾਲ ਲਵਾਂਗੇ। ਕਾਂਸਟੇਬਲ, ਛੇਤੀ ਫਾੜਾ ਚੋਰਾਂ ਨੂੰ, ਕਲੋਨੀ ਚ ਬਥੇਰੀਆਂ ਚੋਰੀਆਂ ਵੱਧ ਗਈਆਂ ਸੀਗੀਆਂ, ਹੁਣ ਜਾ ਕੇ ਹੱਥ ਆਏ ਨੇ ਇਹ। ਸਾਨੂੰ ਮਾਫ ਕਰ ਦਿਓ, ਛੱਡ ਦਿਓ, ਸਾਨੂੰ ਜਾਣ ਦਿਓ ਪਲੀਜ਼। ਇੰਨੀ ਸਾਰੀਆਂ ਚੋਰੀਆਂ ਕੀਤੀਆਂ ਨੇ, ਕਿਵੇਂ ਛੱਡ ਦਵਾਂ ਤੁਹਾਨੂੰ, ਹੁਣ ਤਾਂ ਤੁਹਾਨੂੰ ਜੇਲ੍ਹ ਦੀ ਹਵਾ ਖਵਾ ਕੇ ਹੀ ਛੱਡਾਂਗਾ। ਬਿਨਾਂ ਕਿਸੇ ਦੀ ਉਮੀਦ ਕੀਤੇ ਸਾਨੂੰ ਸਾਰਿਆਂ ਦੀ ਮਦਦ ਕਰਨੀ ਚਾਹੀਦੀ ਹੈ, ਚਾਹੇ ਉਹ ਮਨੁੱਖ ਹੋਵੇ ਜਾਂ ਫਿਰ ਜਾ।